ਹਾਂਜੀ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਿਰਮਲ ਸਿੰਘ ਜੀ, ਜਿਹੜੇ ਕਿ 1993 ਵਿੱਚ ਪੰਜਾਬ ਪੁਲਿਸ ਭਰਤੀ ਹੋਏ ਸੀਗੇ। ਇਹ ਵਾਇਰਲੈਸ ਵਿੰਗ ਵਿੱਚ ਇਹਨਾਂ ਨੇ ਲਗਭਗ 31 ਸਾਲ ਜਿਹੜੀ ਸਾਢੇ 31 ਸਾਲ ਜਿਹੜੀ ਪੂਰੀ ਨਿਸ਼ਠਾ ਅਤੇ ਤਨਦੇਹੀ ਨਾਲ ਡਿਊਟੀ ਨਿਭਾਈ ਹੈ। ਅੱਜ ਜਦਕਿ ਇਹਨਾਂ ਦਾ ਅੱਜ ਮਹਿਕਮੇ ਦੇ ਵਿੱਚ ਆਖਰੀ ਦਿਨ ਸੀਗਾ, ਇਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਮੈਨੂੰ ਸਰਕਾਰੀ ਗੱਡੀ ਜਿਹੜੀ ਹੈਗੀ ਹੈ ਉਹ ਅੱਜ ਥਾਣੇ ਤੋਂ ਜਿਹੜੀ ਹੈਗੀ ਹੈ ਵਿਦਾ ਹੋਵਾਂ ਮੈਂ ਸਰਕਾਰੀ ਗੱਡੀ ਦੇ ਵਿੱਚ, ਜਿਹੜਾ ਕਿ ਇਹਨਾਂ ਦਾ ਮੈਸੇਜ ਸੀਨੀਅਰ ਅਫਸਰਾਂ ਨੂੰ ਦੱਸਿਆ ਗਿਆ। ਅਤੇ ਸਾਡੇ ਬਹੁਤ ਹੀ ਸਤਿਕਾਰਯੋਗ CP ਸਾਹਿਬ ਨੇ ਨਾ ਕੇਵਲ ਸਰਕਾਰੀ ਗੱਡੀ ਭੇਜੀ ਬਲਕਿ ਇਹਨਾਂ ਦੀ ਜਿਹੜੀ ਸਰਵਿਸ ਹੈ ਉਹਨੂੰ ਰਿਸਪੈਕਟ ਕਰਦੇ ਹੋਏ ਸਰ ਨੇ ਆਪਣੀ ਪਰਸਨਲ ਗੱਡੀ ਅਤੇ ਆਪਣੀ ਪਾਇਲਟ ਜਿਹੜੀ ਹੈਗੀ ਹੈ ਇਹਨਾਂ ਵਾਸਤੇ ਅੱਜ ਭੇਜੀ ਹੈ। ਅਤੇ ਅਸੀਂ ਸਾਰੇ ਇਹਨਾਂ ਨੂੰ ਇਹਨਾਂ ਦੇ ਫਿਊਚਰ ਵਾਸਤੇ ਬਹੁਤ ਹੀ ਸ਼ੁਭਕਾਮਨਾਵਾਂ ਦਿੰਦੇ ਹਾਂ। ਇਹਨਾਂ ਦੀ ਸਿਹਤ ਵਧੀਆ ਰਹੇ, ਤੰਦਰੁਸਤੀ ਮਹਾਰਾਜ ਇਹਨਾਂ ਨੂੰ ਬਖਸ਼ੇ ਤੇ ਇਹਨਾਂ ਨੂੰ ਆਲ ਦਾ ਬੈਸਟ ਆਪਣੀ ਫਿਊਚਰ ਜਿਹੜੀ ਜ਼ਿੰਦਗੀ ਉਹਦੇ ਵਾਸਤੇ। ਸਰ, ਪਹਿਲੀ ਵਾਰੀ ਦੇਖਣ ਨੂੰ ਮਿਲ ਰਿਹਾ ਕਮਿਸ਼ਨਰ ਸਾਹਿਬ ਆਪਣੇ ਕਿਹੜੀ ਗੱਡੀ ਭੇਜ ਕੇ, ਜਿਹੜਾ ਇੱਕ ਉਹਦਾ ਜਿਹੜਾ ਉਹਨਾਂ ਨੂੰ ਯਾਦ ਰੱਖਿਆ ਜਾਏਗਾ, ਕਿਹੜਾ ਉਸਦੇ ਸੰਬੰਧ ਵਿੱਚ? ਉਹਦੇ ਚ ਕਿੱਦਾਂ ਹੈ ਜੀ, ਇਹਨਾਂ ਦੀ ਇੱਕ ਇੱਛਾ ਸੀਗੀ ਕਿ ਮੈਂ ਸਰਕਾਰੀ ਗੱਡੀ ਚ ਇੱਥੋਂ ਜਾਵਾਂ। ਤੇ ਇਹਨਾਂ ਦੀ ਜਿਹੜੀ ਇਸ ਆਖਰੀ ਇੱਛਾ ਨੂੰ ਨਾ ਕੇਵਲ ਪੂਰਾ ਕੀਤਾ, ਜਿਵੇਂ ਕਿ ਮੈਂ ਦੱਸਿਆ ਵੀ ਇਹ ਸਾਡੇ ਸਾਰਿਆਂ ਵਾਸਤੇ ਇੱਕ ਪ੍ਰੇਰਨਾ ਸਰੋਤ ਹੈ। ਜਿਹੜੇ ਅਸੀਂ ਨਵੇਂ ਮੁੰਡੇ ਭਰਤੀ ਹੋਇਆ ਮਹਿਕਮੇ ਦੇ ਵਿੱਚ, ਇਹਨਾਂ ਨੇ ਜਿਹੜੀ ਨਿਸ਼ਠਾ ਦੇ ਨਾਲ ਡਿਊਟੀ ਨਿਭਾਈ ਹੈ ਸਾਡੇ ਵਾਸਤੇ ਇੱਕ ਮੋਟੀਵੇਟਿੰਗ ਫੈਕਟਰ ਹੈ ਵੀ CP ਸਾਹਿਬ ਨੇ ਇਹਨਾਂ ਦੀ ਡਿਊਟੀ ਨੂੰ ਰੈਕਗਨਾਈਜ਼ ਕੀਤਾ ਅਤੇ ਰਿਸਪੈਕਟ ਕੀਤੀ ਇਹਨਾਂ ਦੀ ਜਿਹੜੀ ਹੁਣ ਤੱਕ ਦੀ ਸਰਵਿਸ ਹੈ। ਕਿ ਇੱਦਾਂ ਹੀ ਜੋ ਰਿਟਾਇਰਮੈਂਟ ਹੋਏ ਕਰੇ ਕਿ ਅੱਧੇ ਲੋਕਾਂ ਨੂੰ ਅੱਧੇ CP ਸਾਹਿਬ ਵੱਲੋਂ ਗੱਡੀਆਂ? ਦੇਖੋ, ਹਰੇਕ ਬੰਦੇ ਦੀ ਆਖਰੀ ਇੱਛਾ ਜਿਹੜੀ ਮਹਿਕਮੇ ਦੇ ਵਿੱਚ ਹੁੰਦੀ ਹੈ ਉਹ ਆਪਣੀ ਆਪਣੀ ਪਰਸਨਲ ਚੋਇਸ ਹੁੰਦੀ ਹੈ। ਇਹਨਾਂ ਦੀ ਆਖਰੀ ਇੱਛਾ ਸੀਗੀ ਵੀ ਮੈਂ ਸਰਕਾਰੀ ਗੱਡੀ ਜਾਵਾਂ, ਜੋ ਕਿ ਅਫਸਰਾਂ ਨੇ ਜਿਹੜੀ ਹੈਗੀ ਹੈ ਇੱਛਾ ਨੂੰ ਅੱਗੇ ਪੂਰਾ ਕਰਦੇ ਹੋਏ ਇਹਨਾਂ ਨੂੰ ਇੱਕ ਵੱਧ ਚੜ੍ਹ ਕੇ ਜਿਹੜਾ ਹੈਗਾ ਇਹਨਾਂ ਦੀ ਸ਼ਲਾਘਾ ਕੀਤੀ ਹੈ। ਤੇ ਇਸ ਕਰਕੇ ਮੈਂ CP ਸਾਹਿਬ ਦਾ ਵੀ ਧੰਨਵਾਦੀ ਹਾਂ ਤਾਂ ਕਿ ਸਾਡੀ ਜਿਹੜੀ ਫੋਰਸ ਦਾ ਜਿਹੜਾ ਮੋਰਾਲ ਹੈ ਉਹ ਇਹਦੇ ਨਾਲ ਅੱਪ ਹੁੰਦਾ। ਤੇ ਮੈਂ ਸਰਦਾਰ ਨਿਰਮਲ ਸਿੰਘ ਜੀ ਨੂੰ ਵੀ ਵਧਾਈਆਂ ਦਊਂਗਾ ਵੀ ਉਹਨਾਂ ਨੇ ਇੱਕ ਵਧੀਆ ਤਰੀਕੇ ਨਾਲ ਡਿਊਟੀ ਨਿਭਾਈ ਤੇ ਹੁਣ ਆਪਣੀ ਅੱਗੇ ਜਿਹੜੀ ਹੈਗੀ ਹੈ ਜ਼ਿੰਦਗੀ ਵਾਸਤੇ ਸ਼ੁਭਕਾਮਨਾ। ਬੋਲੋ ਜੀ। ਮੇਰੀ ਅੱਜ ਦੀ ਰਿਟਾਇਰਮੈਂਟ ਜੀ, ਨੌਕਰੀ ਕੀਤੀ, ਆਪਣੀ ਸਰਵਿਸ ਕੀਤੀ ਅਤੇ ਮੇਰੀ ਇੱਛਾ ਸੀਗੀ ਮੈਨੂੰ ਸਰਕਾਰੀ ਗੱਡੀ ਘਰ ਛੱਡ ਕੇ ਆਵੇ ਜੀ। ਅਤੇ ਮੈਂ SHO ਸਾਹਿਬ ਜੀ ਨਾਲ ਗੱਲ ਕੀਤੀ, SHO ਸਾਹਿਬ ਨੇ ਕਿਹਾ, ਅੱਗੇ CP ਸਾਹਿਬ ਨਾਲ ਗੱਲ ਕੀਤੀ, ਅੱਗੇ ਮੈਨੂੰ ਸਰਕਾਰੀ ਗੱਡੀ ਵਾਸਤੇ ਵਿਖਾਉਣੀ ਆ ਗਈ ਜੀ ਸਰਕਾਰੀ। ਠੀਕ ਹੈ, ਤੁਸੀਂ ਕਿੰਨੇ ਸਾਲ ਨੌਕਰੀ ਕੀਤੀ ਜੀ ਪੁਲਿਸ ਮਹਿਕਮੇ 'ਚ? ਮੈਂ 31.5 ਸਾਲ ਦੀ। देश दुनिया की हर खबर सबसे पहले देखने के लिए फॉलो करें दैनिक सवेरा TV, YouTube, Facebook, Instagram, X और WhatsApp चैनल पर।